ਜੀ ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਅਪਡੇਟ ETT 5994 ਭਰਤੀ ਦੀ ਅੱਜ ਜੋ ਸੁਣਵਾਈ ਹੈ, ਜਿਸ ਦਾ ਫਾਈਨਲ ਡਿਸੀਜ਼ਨ ਜਲਦ ਹੀ ਆਪਾਂ ਨੂੰ ਦੇਖਣ ਨੂੰ ਮਿਲੇਗਾ, ਭਰਤੀ ਹੋਵੇਗੀ ਬਹਾਲ ਕੀ ਆ ਪੂਰੀ ਅਪਡੇਟ, ਔਰ ਜੋ ਹੁਣ ਆਪਣਾ ਕੋਰਟ ਕੇਸ ਹੈ, ਇੱਕ ਵਾਰ ਉਸਦੀ ਜੋ ਨੰਬਰਿੰਗ ਆ ਚੁੱਕੀ ਸੀ ਔਰ ਉਸ ਤੋਂ ਬਾਅਦ ਯੂਨੀਅਨ ਵੱਲੋਂ ਕੀ ਅਪਡੇਟ ਮਿਲਿਆ, ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਉਸ ਤੋਂ ਪਹਿਲਾਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ। ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣਾ ਡਾਇਰੀ ਨੰਬਰ ਚੈੱਕ ਕਰ ਸਕਦੇ ਹੋ, 8590190, ਔਰ ਅੱਜ ਜੋ ਆਪਣਾ ਕੇਸ ਸੀਗਾ ਉਸਦੀ ਇੱਕ ਵਾਰ ਜੋ ਵਾਰੀ ਹੈ ਉਹ ਸੀਰੀਅਲ ਨੰਬਰ ਵਾਈਜ਼ ਆ ਚੁੱਕੀ ਸੀ। ਔਰ ਹੁਣ ਇੱਕ ਵਾਰ ਆਪਾਂ ਦੁਬਾਰਾ ਤੋਂ ਡਿਸਪਲੇ ਬੋਰਡ ਦੇਖਦੇ ਹਾਂ। ਡਿਸਪਲੇ ਬੋਰਡ 'ਤੇ ਤੁਸੀਂ ਜਿਵੇਂ ਹੀ ਇੱਥੇ ਕਲਿੱਕ ਕਰੋਗੇ, ਤੁਹਾਡੇ ਸਾਹਮਣੇ ਇੱਥੇ ਕੋਰਟ ਰੂਮ ਨੰਬਰ 8 ਸ਼ੋ ਕਰੇਗਾ। ਜਿਸ 'ਤੇ ਕਲਿੱਕ ਕਰੋਗੇ ਤਾਂ ਇੱਥੇ ਸਾਰੀਆਂ ਲਿਸਟਾਂ ਆ ਜਾਣਗੀਆਂ, ਔਰ ਆਪਣਾ ਜੋ ਸੀਰੀਅਲ ਨੰਬਰ 269 ਹੈ, ਜਿਹੜਾ ਕਿ ਇੱਥੇ ਤੁਹਾਨੂੰ ਵਾਈਟ ਕਲਰ 'ਚ ਦੇਖ ਰਿਹਾ ਗਾ, ਯਾਨੀ ਕਿ ਜਿੰਨੇ ਇੱਥੇ ਵਾਈਟ ਤੁਹਾਨੂੰ ਸੀਰੀਅਲ ਨੰਬਰ ਦੇਖ ਰਿਹਾ, ਇਹਨਾਂ ਦੀ ਇੱਕ ਵਾਰ ਟ੍ਰਾਇਲ ਹੋ ਚੁੱਕੀ ਆ, ਜਾਂ ਤਾਂ ਫਾਈਨਲ ਇਹਨਾਂ ਨੂੰ ਡਿਸੀਜ਼ਨ ਦੇ ਦਿੱਤਾ ਗਿਆ, ਜਾਂ ਫਿਰ ਜੋ ਇਹਨਾਂ ਨੂੰ ਇੱਕ ਕੁਝ ਟਾਈਮ ਦਾ ਮੌਕਾ ਦਿੱਤਾ ਗਿਆ। ਤਾਂ ਆਪਾਂ ਨੂੰ ਵੀ ਜੋ ਜੱਜ ਸਾਹਿਬਾਨ ਨੇ ਇਹੀ ਗੱਲ ਕੀਤੀ ਹੈ ਕਿ ਥੋੜ੍ਹਾ ਵੇਟ ਕਰੋ, ਤੁਹਾਡਾ ਅੱਜ ਹੀ ਡਿਸੀਜ਼ਨ ਲਿਆ ਜਾਵੇਗਾ, ਔਰ ਕੁਝ ਸਮੇਂ ਬਾਅਦ ਆਪਣੀ ਦੁਬਾਰਾ ਤੋਂ ਸੁਣਵਾਈ ਹੋਵੇਗੀ, ਜੋ ਕਿ ਆਪਣਾ 269 ਨੰਬਰ ਸੀਰੀਅਲ ਨੰਬਰ ਹੈ ਅਤੇ CWP ਨੰਬਰ 68192023 ਦਾ ਆਪਣਾ ਕੇਸ ਲੱਗਿਆ ਹੋਇਆ ਗਾ। ਔਰ ਜਿੰਨੇ ਵੀ ਸਾਥੀ ਘਰਾਂ ਵਿੱਚ ਬੈਠੇ ਆ ਜਾਂ ਫਿਰ ਕਿਤੇ ਵੀ ਬੈਠੇ ਆ ਤੁਸੀਂ, ਤਾਂ ਤੂੰ ਇੱਕ ਵਾਰ ਅਰਦਾਸ ਜ਼ਰੂਰ ਕਰੋ ਕਿ ਅੱਜ ਆਪਣਾ ਫਾਈਨਲ ਡਿਸੀਜ਼ਨ ਆਪਣੇ ਹੱਕ ਵਿੱਚ ਹੋਵੇ ਔਰ ਆਪਣੀ ਭਰਤੀ ਕੋਰਟ ਕੇਸ ਵਿੱਚੋਂ ਬਾਹਰ ਹੋਵੇ, ਕਿਉਂਕਿ ਇੰਨੇ ਲੰਬੇ ਸਮੇਂ ਤੋਂ ਆਪਾਂ ਇਹ ਭਰਤੀ ਦੀ ਇੰਤਜ਼ਾਰ ਕਰਦੇ ਰਹੇ। ਉਸ ਤੋਂ ਬਾਅਦ ਹੁਣ ਜੇ ਭਰਤੀ ਆਪਾਂ ਨੂੰ ਮਿਲੀ ਸੀ ਸਕਰੂਟਨੀ ਤੋਂ ਬਾਅਦ, ਜੋ ਇਹ ਨਵਾਂ ਪ੍ਰੋਸੈਸ ਨਵਾਂ ਪੰਗਾ ਪੈ ਗਿਆ ਸੀ, ਜਿਸ ਕਰਕੇ 100 ਤੋਂ ਵੱਧ ਦਿਨ ਆਪਣੇ ਸਾਥੀਆਂ ਨੂੰ ਗੰਭੀਰਪੁਰਾ ਵਿਖੇ ਪੱਕੇ ਮੋਰਚੇ 'ਤੇ ਵੀ ਰਹਿਣਾ ਪਿਆ ਆ, ਤਾਂ ਅੱਜ ਉਹਨਾਂ ਦੀ ਜੋ ਮਿਹਨਤ ਨੂੰ ਫਲ ਮਿਲਣਾ ਚਾਹੀਦਾ ਗਾ ਔਰ ਆਪਣੀ ਇਹ ਭਰਤੀ ਫਾਈਨਲ ਕੋਰਟ ਕੇਸ ਵਿੱਚੋਂ ਬਾਹਰ ਹੋਣੀ ਚਾਹੀਦੀ ਹੈ। ਤਾਂ ਇਸ ਦੇ ਸੰਬੰਧੀ ਜੋ ਵੀ ਅਪਡੇਟ ਆਏਗਾ ਤੁਹਾਡੇ ਨਾਲ ਚੈਨਲ 'ਤੇ ਸ਼ੇਅਰ ਕਰਦੇ ਰਹਾਂਗੇ। ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।